ਅਜੇਹਾ ਕੀ ਹੋ ਗਿਆ ਕਿ ਇੱਕ ਪੁੱਤਰ ਦੇ ਵੱਲੋਂ ਆਪਣੀ ਹੀ ਮਾਂ ਦੀ ਖੋਪੜੀ ਦੇ ਵਿੱਚ ਰਾੜਾ ਮਾਰ-ਮਾਰ ਕੇ ਉਸ ਦਾ ਕਤਲ ਕੀਤਾ ਗਿਆ ਤੇ ਫਿਰ ਉਸ ਦੇ ਹੀ ਖੂਨ ਨੂੰ ਖੋਪੜੀ ਦੇ ਵਿੱਚ ਮੂੰਹ ਲਗਾ ਕੇ ਪੀਤਾ ਗਿਆ ਅਜੇਹਾ ਕੀ ਹੋ ਗਿਆ ਕਿ ਇੱਕ ਪੁੱਤ ਜਿਹੜਾ ਕਪੁੱਤ ਬਣ ਗਿਆ ਕਿ ਹੁਜਿਆ ਕਾਲ ਯੁਗ ਆ ਚੁੱਕਿਆ ਕਿ ਇੱਕ ਪੁੱਤ ਨੂੰ ਅਜੇਹਾ ਕਦਮ ਚੱਕਣਾ ਪਿਆ ਤੇ ਕੀ ਸਜ਼ਾ ਜੜੀ ਐ ਸੁਪੁੱਤਰ ਨੂੰ ਪਰਮਾਤਮਾ ਨੇ ਦਿੱਤੀ ਅੱਜ ਦੀ ਇਸ ਸੱਚੀ ਕੱਟਾਂ ਬਾਰੇ ਸੁਣ ਕੇ ਤੁਹਾਡੇ ਸਭ ਦੇ ਰੋਂਗਟੇ ਖੜੇ ਹੋ ਜਾਣਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਪਰਲਾ ਪੰਜਾਬ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਪਰਲਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਵਾਲੀ ਘੰਟੀ ਨੂੰ ਵੀ ਜ਼ਰੂਰ ਦਬਾ ਦਿਓ ਤਾਂ ਜੋ ਸਾਡੇ ਦੁਆਰਾ ਪੋਸਟ ਕੀਤੀ ਜਾ ਰਹੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਅਜੇਹੀ ਗਲਤੀ ਕਦੇ ਵੀ ਨਾ ਕਰ ਸਕੋ ਜੋ ਗਲਤੀ ਇਸ ਮਾਂ ਦੇ ਪੁੱਤਰ ਨੇ ਕੀਤੀ ਹੈ ਤੇ ਇਹ ਗਲਤੀ ਜੋ ਮਾਂ ਨੇ ਕੀਤੀ ਹੈ ਅਜੇਹੀ ਗਲਤੀ ਕਿਤੇ ਤੁਸੀਂ ਨਾ ਕਰ ਬੈਠੋ ਇਸ ਕਰਕੇ ਵੀਡੀਓ ਤੇ ਆਖਿਰ ਤੱਕ ਸਾਥ ਸੰਗਤ ਜੀ ਜਰੂਰ ਜੁੜੇ ਰਹੋ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਐਸੇ ਕਰਕੇ ਵਾਰ-ਵਾਰ ਬੇਨਤੀ ਕਰ ਰਿਹਾ ਕਿ ਇਸ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਹਰ ਇੱਕ ਤੱਕ ਇਸ ਵੀਡੀਓ ਨੂੰ ਪਹੁੰਚਾਓ ਤੇ ਅੰਤ ਦੇ ਵਿੱਚ ਇਸ ਕਹਾਣੀ ਦੇ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਸ ਬਾਰੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਵੀ ਜ਼ਰੂਰ ਸਾਂਝੇ ਕਰੋ ਸਾਂਝ ਜ਼ਰੂਰ ਪਾ ਦਿਓ ਵਿਚਾਰਾਂ ਦੀ ਤਾਂ ਜੋ ਸਾਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਦੁਆਰਾ ਪੋਸਟ ਕੀਤੀ ਜਾ ਰਹੀ ਹਰ ਇੱਕ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਪੂਰੀ ਘਟਨਾ ਲੁਧਿਆਣਾ ਸ਼ਹਿਰ ਦੀ ਹੈ ਜਿੱਥੇ ਕੀ ਉਸ ਵੇਲੇ ਪੁੱਤ ਕਪੁੱਤ ਬਣ ਜਾਂਦਾ ਜਦੋਂ ਆਪਣੇ ਹੀ ਘਰ ਉਸਦੇ ਔਲਾਦ ਨਹੀਂ ਹੁੰਦੀ ਪਰ ਕੀ ਹੋ ਗਿਆ ਜੇਕਰ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਇੱਕ ਮਾਂ ਜਿਸ ਦੇ ਦੋ ਪੁੱਤਰ ਸੀ ਤੇ ਬਚਪਨ ਦੇ ਵਿੱਚ ਹੀ ਪਾਪ ਜਦੋਂ ਬੱਚੇ ਛੋਟੇ-ਛੋਟੇ ਸੀ ਤਾਂ ਪਤੀ ਦਾ ਸਾਆ ਉਸ ਔਰਤ ਦੇ ਸਿਰ ਉਤੋਂ ਚਲਾ ਗਿਆ ਤੇ ਬੱਚੇ ਜਿਹੜੇ ਨੇ ਅਨਾਥ ਹੋ ਜਾਂਦੇ ਨੇ ਮਾਂ ਜਿਹੜੀ ਹੁੰਦੀ ਹੈ ਬੱਚਿਆਂ ਨੂੰ ਕਦੇ ਦਾਣੇ ਪੁੰਨ ਕੇ ਕਦੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਭਾਵ ਮਿਹਨਤ ਮਜ਼ਦੂਰੀ ਕਰਕੇ ਆਪਣੇ ਦੋ ਬੱਚਿਆਂ ਨੂੰ ਪਾਲ ਪੋਸ ਕੇ ਚੰਗਾ ਘਰਵਾਰ ਬਣਦੀ ਹੈ ਦੋਵੇਂ ਹੀ ਬੱਚੇ ਜਿਹੜੇ ਹੁੰਦੇ ਨੇ ਸਰਕਾਰੀ ਨੌਕਰੀ ਲੱਗ ਜਾਂਦੇ ਆ ਤੇ ਇੱਕ ਨੌਜਵਾਨ ਜਿਹੜਾ ਹੁੰਦਾ ਭਾਵ ਉਸ ਮਾਤਾ ਦਾ ਪੁੱਤਰ ਜਿਹੜਾ ਹੁੰਦਾ ਉਹ ਪਠਾਨਕੋੜ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਤੇ ਦੂਜਾ ਪੁੱਤਰ ਜੋ ਪਤਵੰਤ ਨਾਮ ਹੈ ਜਿਸ ਦਾ ਉਹ ਪੁੱਤਰ ਵੀ ਇੱਕ ਸਰਕਾਰੀ ਅਫਸਰ ਬਣ ਜਾਂਦਾ ਚੰਗਾ ਘਰਵਾਰ ਸੀ ਇਸ ਔਰਤ ਦੇ ਵੱਲੋਂ ਆਪਣੇ ਦੋਵਾਂ ਬੱਚਿਆਂ ਨੂੰ ਚੰਗਾ ਪੜਾਇਆ ਲਿਖਾਇਆ ਗਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਪਰਵਰਿਸ਼ ਇੱਥੇ ਆ ਕੇ ਖਤਮ ਹੋ ਜਾਏਗੀ। ਦਰਅਸਲ ਦਰਅਸਲ ਚੰਗਾ ਪੜਾਉਣ ਲਿਖਾਉਣ ਤੋਂ ਬਾਅਦ ਇੱਕ ਪੁੱਤਰ ਫੌਜ ਚ ਪਰਤੀ ਹੋ ਗਿਆ ਤੇ ਦੂਜਾ ਅਫਸਰ ਬਣ ਗਿਆ ਤੇ ਛੋਟੇ ਦਾ ਵਿਆਹ ਜਿਹੜਾ ਕਰ ਦਿੱਤਾ ਜਾਂਦਾ। ਵਿਆਹ ਦੇ ਕੁਝ ਸਾਲਾਂ ਬਾਅਦ ਇਸ ਛੋਟੇ ਪੁੱਤਰ ਯਾਨੀ ਕਿ ਪਤਵੰਤ ਦੇ ਘਰ ਕੋਈ ਵੀ ਔਲਾਦ ਨਹੀਂ ਹੁੰਦੀ। 4-5 ਸਾਲ ਬੀਤ ਜਾਂਦੇ ਆ ਪਰ ਜਿਹੜੀ ਪਤਵੰਤ ਦੀ ਮਾਂ ਹੁੰਦੀ ਉਸ ਵੱਲੋਂ ਕਦੇ ਵੀ ਆਪਣੇ ਨੂੰ ਨੂੰ ਤਾਣਾ ਮੇਣਾ ਨਹੀਂ ਦਿੱਤਾ ਗਿਆ ਸਗੋਂ ਇਹ ਹੀ ਕਹਿੰਦੇ ਸੀ ਕਿ ਪੁੱਤਰ ਕੋਈ ਗੱਲ ਨਹੀਂ ਜਿਵੇਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਆਪਾਂ ਰਹਿ ਰਹੇ ਹਾਂ ਸਾਨੂੰ ਉਵੇਂ ਹੀ ਰਹਿਣਾ ਚਾਹੀਦਾ ਹੈ ਪਰਮਾਤਮਾ ਤੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਿਲਾ ਸ਼ਿਕਵਾ ਸਾਨੂੰ ਨਹੀਂ ਕਰਨਾ ਚਾਹੀਦਾ ਪਰ ਲੋਕਾਂ ਦੇ ਤਾਣੇ ਮੇਣਿਆਂ ਨੇ ਸ਼ਾਇਦ ਪਤਵੰਤ ਦਾ ਘਰ ਹੀ ਪਟ ਲਿਆ ਲੋਕਾਂ ਦੇ ਤਾਣੇ ਮੇਣੇ ਹਰ ਰੋਜ਼ ਸੁਣਨੇ ਪੈਂਦੇ ਕਿ ਤੇਰੇ ਘਰ ਔਲਾਦ ਨਹੀਂ ਤੇਰੀ ਔਰਤਾ ਬਾਝ ਹੈ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਨੇ ਪਤਵੰਤ ਨੂੰ ਨਿਤ ਪ੍ਰਤੀ ਦਿਨ ਸੁਣਨ ਨੂੰ ਮਿਲਦੀਆਂ ਇੱਕ ਦਿਨ ਪਤਵੰਤ ਦਾ ਸਾਲਾ ਉਸ ਦੇ ਘਰ ਆਇਆ ਤੇ ਉਸ ਨੇ ਇੱਕ ਬਾਬੇ ਬਾਰੇ ਦੱਸਿਆ ਤੇ ਕਿਹਾ ਕਿ ਆਪਾਂ ਚੱਲਦੇ ਹਾਂ ਉੱਥੇ ਕੋਈ ਨਾ ਕੋਈ ਹਲ ਮਿਲ ਜੂ ਦੋਵੇਂ ਗਏ ਤੇ ਉਸ ਤੋਂ ਬਾਅਦ ਜੋ ਬਾਬਾ ਸੀ ਉਸ ਨੇ ਅਜਿਹੀ ਗੱਲ ਦੱਸ ਦਿੱਤੀ ਜਿਸ ਤੋਂ ਬਾਅਦ ਕੀ ਪਤਵੰਤ ਦੇ ਵੀ ਹੋਸ਼ ਉੱਡ ਗਏ ਦਰਸਲ ਬਾਬੇ ਨੇ ਕਿਹਾ ਕਿ ਤੂੰ ਆਪਣੀ ਮਾਂ ਨੂੰ ਮਾਰ ਦੇ ਤੇ ਉਸ ਦੀ ਖੋਪੜੀ ਦਾ ਖੂਨ ਪੀ ਕੇ ਉਸ ਦੀ লাশ ਨੂੰ ਕਿਥੇ ਲੁਕੋ ਦੇ ਸੰਸਕਾਰ ਕਰ ਦੇ ਪਾਉ ਦੁਨੀਆ ਦੇ ਵਿੱਚੋਂ ਉਸ ਦਾ ਨਾਮ ਮਿਟਾ ਦੇ ਇਸ ਨਾਲ ਤੇਰੀ ਘਰ ਦੇ ਵਿੱਚ ਔਲਾਦ ਹੋ ਜਾਏਗੀ ਇਹ ਗੱਲ ਸੁਣ ਕੇ ਉਹ ਚੁੱਪਚਾਪ ਇਤੇ ਘਰ ਆ ਗਏ ਤੇ ਘਰਿਆ ਕਿ ਉਸ ਨੇ ਆਪਣੀ ਪਤਨੀ ਨੂੰ ਸਾਰੀ ਗਲਤ ਸੀ ਤਾਂ ਪਤਨੀ ਕਹਿਣ ਲੱਗੀ ਕਿ ਠੀਕ ਆਪਾਂ ਕਾਰ ਲਵਾਂਗੇ ਪਰ ਪਤਵੰਤ ਦਾ ਦਿਲ ਨਾ ਮੰਨਿਆ ਪਤਵੰਤ ਨੇ ਮਣਾ ਕਰ ਦਿੱਤਾ ਪਰ ਪਤਨੀ ਅਤੇ ਸਾਲੇ ਦੇ ਵਾਰ-ਵਾਰ ਤੱਕਾ ਕਰਨ ਦੇ ਬਾਅਦ ਪਤਵੰਤ ਦੇ ਵੱਲੋਂ ਆਪਣੀ ਮਾਂ ਨੂੰ ਮਾਰਨ ਦੀ ਸਾਜ਼ਿਸ਼ ਪੂਰੀ ਤਰ੍ਹਾਂ ਨਾਲ ਕੱਢ ਲਈ ਗਈ ਮਾਂ ਨੇ ਗੱਲ ਸੁਣ ਲਈ ਤੇ ਮਾਂ ਆਪਣੇ ਗਵਾਂਢੀਆਂ ਦੇ ਘਰ ਚਲੀ ਗਈ ਤੇ ਕਹਿਣ ਲੱਗੀ ਕਿ ਮੈਨੂੰ ਲੁਕੋ ਲਵੋ ਮੇਰਾ ਪੁੱਤਰ ਮੈਨੂੰ ਮਾਰ ਦਵੇਗਾ ਉਸ ਦਿਨ ਤਾਂ ਗਵਾਂਢੀਆਂ ਨੇ ਰੱਖ ਲਿਆ ਪਰ ਅਗਲੇ ਦਿਨ ਗਵਾਂਢੀਆਂ ਨੇ ਵੀ ਜਵਾਬ ਦੇ ਦਿੱਤਾ ਪੰਡੀ ਕਹਿਣ ਲੱਗੇ ਕਿ ਤੇਰਾ ਪੁੱਤਰ ਤੈਨੂੰ ਕਿਵੇਂ ਮਾਰ ਸਕਦਾ ਸ਼ਾਇਦ ਉਹ ਰਾਤ ਉਸਦੀ ਆਖਰੀ ਹੀ ਸੀ ਜਦੋਂ ਮਾਂ ਆਪਣੇ ਘਰ ਗਈ ਤਾਂ ਪਤਵੰਤ ਨੇ ਰਾਤ ਨੂੰ ਕਿਸੇ ਬਹਾਨੇ ਉਸਨੂੰ ਵੇੜੇ ਦੇ ਵਿੱਚ ਸੱਦਿਆ ਤੇ ਰੌੜ ਮਾਰ-ਮਾਰ ਕੇ ਉਸਦਾ ਸਿਰ ਜੜਾ ਖੋਲ ਦਿੱਤਾ मां ਬੱਟ ਗਈ ਸੀ ਕਿਉਂਕਿ ਪਤਵੰਤ ਨੂੰ ਮਾਂ ਕਹਿਣ ਲੱਗੀ ਕਿ ਪੁੱਤਰ ਮੈਨੂੰ ਨਾ ਮਾਰ। ਇਹ ਸੁਣ ਕੇ ਪਤਵੰਤ ਦੇ ਹੱਥੋਂ ਰਾੜ ਜਿਹੜੀ ਐ ਡਿੱਗ ਜਾਂਦੀ ਐ ਪਰ ਸਾਲੇ ਤਿਲਜੀ ਘਰਵਾਲੀ ਦੇ ਵੱਲੋਂ ਦੋਹਾਂ ਦੇ ਵੱਲੋਂ ਮਿਲ ਕੇ ਉਸ ਦੀ ਮਾਂ ਦਾ ਕਤਲ ਜਿਹੜਾ ਪੂਰੇ ਤਰੀਕੇ ਦੇ ਨਾਲ ਕਰ ਦਿੱਤਾ ਜਾਂਦਾ ਤੇ ਫਿਰ ਉਹ ਜਿਹਾ ਕੀਤਾ ਖੋਪੜ ਖੋਲੀ ਤੇ ਉਸ ਵਿੱਚੋਂ ਖੂਨ ਜਿਹੜਾ ਪਤਵੰਤ ਦੇ ਵੱਲੋਂ ਪੀ ਲਿਆ ਗਿਆ। ਤੇ ਫਿਰ লাশ ਵੀ ਸਮਰਹੰਦਿਆਂ ਟਿਕਾਣੇ ਲਗਾ ਦਿੱਤੀ ਗਈ। ਪਰ ਵੱਡਾ ਪੁੱਤਰ ਜੋ ਪਠਾਨਕੋਟ ਦੇ ਵਿੱਚ ਫੌਜ ਦੇ ਵਿੱਚ ਵਰਤੀ ਸੀ ਉਸ ਨੂੰ ਅਹਿਸਾਸ ਹੋਇਆ ਕਿ ਰਾਤ ਨੂੰ ਉਸਦੀ ਮਾਂ ਆਈ ਤੇ ਉਸ ਨੂੰ ਕਹਿ ਰਹੀ ਹੈ ਕਿ ਮੈਨੂੰ ਬਚਾਲਾ ਮੈਨੂੰ ਪਤਵੰਤ ਮਾਰਨ ਲੱਗਿਆ ਪਤਵੰਤ ਜਦੋਂ ਘਰ ਆਇਆ ਤਾਂ ਉਸ ਸਮੇਂ ਉਸਨੇ ਜਲਦਬਾਜੀ ਦੇ ਵਿੱਚ ਪੁੱਛਿਆ ਕਿ ਮਾਂ ਕਿੱਥੇ ਹੈ ਤਾਂ ਮਾਂ ਘਰ ਦੇ ਵਿੱਚ ਨਹੀਂ ਦਿਖੀ ਘਰ ਦੇ ਵਿੱਚ ਖੂਨ ਖਰਾਬਾ ਨਜ਼ਰ ਆਇਆ ਤੇ ਹਰ ਪਾਸੇ ਗੱਲ ਫਲਾ ਦਿੱਤੀ ਗਈ ਕਿ ਮਾਪੋੜੀਆਂ ਤੋਂ ਡੇਗ ਗਈ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਪਰ ਵੱਡੇ ਪੁੱਤਰ ਨੇ ਨਾਲ ਦੀ ਨਾਲ ਪੁਲਿਸ ਬੁਲਾਈ ਤੇ ਮਾਮਲਾ ਦਰਜ ਕਰਵਾ ਦਿੱਤਾ ਜਿਸ ਤੋਂ ਬਾਅਦ ਵੱਡੀ ਗੱਲ ਸਾਹਮਣੇ ਆਈ ਗਵਾਂਡੀਆਂ ਦੇ ਵਿੱਚ ਪੁੱਛਤਾਚ ਹੋਈ ਤਾਂ ਗਵਾਂਡੀਆਂ ਨੇ ਵੀ ਬਿਆਨ ਦੇ ਦਿੱਤਾ ਕਿ ਇਸ ਦੀ ਮਾਂ ਸਾਡੇ ਘਰ ਇੱਕ ਦਿਨ ਰਹਿਣ ਆਈ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਮੇਰੇ ਪੁੱਤਰ ਤੋਂ ਖਤਰਾ ਹੈ ਉਹ ਮੈਨੂੰ ਮਾਰਨ ਲੱਗਿਆ ਪਰ ਅਸੀਂ ਵਿਸ਼ਵਾਸ ਨਹੀਂ ਕੀਤਾ ਜੇਕਰ ਅਸੀਂ ਦੂਜੇ ਦਿਨ ਵੀ ਉਸ ਨੂੰ ਰੱਖ ਲੈਂਦੇ ਸ਼ਾਇਦ ਅੱਜ ਉਹ ਜਿਉਂਦੀ ਹੁੰਦੀ ਇਸ ਤੋਂ ਬਾਅਦ ਉਸ ਉੱਪਰ ਮਾਮਲਾ ਦਰਜ ਹੋ ਜਾਂਦਾ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪਰ ਉਸ ਦੀਆਂ ਤਿੰਨ ਭੈਣਾਂ ਆਉਂਦੀਆਂ ਤੇ ਛੋਟਾ ਸਮਝ ਕੇ ਡੇਢ ਹੀ ਕਹਿ ਲੋ ਕਿ ਜੇਲ੍ਹ ਦੇ ਵਿੱਚੋਂ ਛੁਡਵਾਣ ਦੀ ਅਰਜ਼ੀ ਪਾ ਦਿੱਤੀ ਜਾਂਦੀ ਹੈ ਐਫ ਆਈ ਆਰ ਵਾਪਸ ਲੈਣ ਦੀ ਅਰਜ਼ੀ ਪਾਈ ਜਾਂਦੀ ਹੈ ਤੇ ਕਰੀਬ 2-4 ਮਹੀਨਿਆਂ ਦੇ ਵਿੱਚ ਉਹ ਵਾਪਸ ਤੋਂ ਜੇਲ੍ਹ ਤੋਂ ਘਰ ਆ ਜਾਂਦਾ ਇਹਨਾਂ ਨੂੰ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ ਸੀ ਔਲਾਦਾ ਪਹਿਲਾਂ ਕਿ ਨਹੀਂ ਸੀ ਤੇ ਉਸ ਦੀ ਸਰਕਾਰੀ ਨੌਕਰੀ ਵੀ ਉਸ ਦੇ ਹੱਥੋਂ ਜਾ ਚੁੱਕੀ ਸੀ ਵਾਪਸ ਆਉਣ ਤੋਂ ਬਾਅਦ ਉਸਨੇ ਦਿਹਾੜੀ ਦਾ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਅੱਜੋ ਦਿਹਾੜੀ ਹੀ ਕਰਦਾ ਤੇ ਹੁਣ ਤੁਸੀਂ ਦੱਸੋ ਇਸ ਪੁੱਤਰ ਦੇ ਵੱਲੋਂ ਆਪਣੀ ਔਲਾਦ ਪਿੱਛੇ ਜੋ ਕੀਤਾ ਗਿਆ ਇਸ ਮਾਂ ਦੇ ਨਾਲ ਕਿਉਂ ਸਹੀ ਸੀ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ